ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਸਿੱਖ ਫੈਮਿਲੀ ਦੇ ਉੱਤੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਤਾਂ ਹਰ ਵਾਰ ਦੀ ਤਰ੍ਹਾਂ ਜਿੱਦਾਂ ਥਰਸਡੇ ਨੂੰ ਆਪਾਂ ਫਿਟਨੈਸ ਸੀਰੀਜ਼ ਸ਼ੁਰੂ ਕੀਤੀ ਆ ਤੁਹਾਡੀ ਸਾਰਿਆਂ ਦੀ ਹੈਲਪ ਕਰਨ ਵਾਸਤੇ, ਕਿ ਜਿੱਦਾਂ ਕਿਸੇ ਨੂੰ ਵੀ ਕਨਫਿਊਜ਼ਨ ਹੁੰਦੀ ਆ ਵੇਟ ਲੋਸ ਵੇਟ ਗੇਨ ਦੀ, ਹਨਾ, ਉਹ ਆਪਾਂ ਇੱਕ ਪ੍ਰੋਪਰ ਇਨ ਡੀਟੇਲ 'ਚ ਆਪਾਂ ਬੇਸਿਕ ਤੋਂ ਸ਼ੁਰੂ ਕੀਤਾ ਸੀਗਾ। ਉਹਦੇ ਵੀ ਹਫ਼ਤੇ ਅੱਜ ਦੀ ਵੀਡੀਓ ਹੈ ਜਿਹੜੀ, ਜਿੱਦਾਂ ਮੈਂ ਉੱਪਰ ਆਈ ਲਿੰਕ 'ਚ ਵੀ ਲਿੰਕ ਪਾ ਦੂੰਗਾ ਕਿ ਪਿਛਲੀ ਵਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਕਿ ਕੈਲਰੀਜ਼ ਕੀ ਹੁੰਦੀਆਂ, ਰਾਈਟ। ਤਾਂ ਉਹ ਵੀਡੀਓ ਤੁਸੀਂ ਪ੍ਰੋਪਰ ਡੀਟੇਲ 'ਚ ਜ਼ਰੂਰ ਚੈੱਕ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤੀ, ਜਿਹੜੇ ਨਵੇਂ ਨੇ ਚੈਨਲ ਦੇ ਉੱਤੇ। ਅਤੇ ਜਿਹੜੀ ਅੱਜ ਦੀ ਵੀਡੀਓ ਆ ਇਹ ਹੋਊਗੀ ਜੀ ਮੈਕਰੋ ਨਿਊਟ੍ਰੀਐਂਟਸ ਲਾਈਕ ਪ੍ਰੋਟੀਨ, ਕਾਰਬਸ ਅਤੇ ਫੈਟਸ ਕੀ ਹੁੰਦੀਆਂ। ਇਹ ਬਹੁਤ ਕਨਫਿਊਜ਼ਨ ਆ ਸਾਰਿਆਂ ਨੂੰ ਕਿ ਪ੍ਰੋਟੀਨ ਸ਼ਾਇਦ ਇੱਕ ਪਾਊਡਰ ਹੀ ਹੁੰਦਾ ਆ, ਪਰ ਨਹੀਂ, ਉਹ ਇੱਕ ਨਿਊਟ੍ਰੀਐਂਟ ਹੁੰਦੇ ਆ। ਉਹ ਤੁਹਾਨੂੰ ਡੀਟੇਲ 'ਚ ਭਾਅ ਜੀ ਦੱਸਣਗੇ। ਇਹੀ ਵੀਡੀਓ ਜਿਹੜੀ ਆ ਉਹਦੇ ਕੋਰ ਰਿਲੇਟਡ ਹੀ ਹੋਊਗੀ। ਤਾਂ ਤੁਸੀਂ ਵੀਡੀਓ ਨੂੰ ਪੂਰੀ ਜ਼ਰੂਰ ਵੇਖਿਓ, ਕਿਉਂਕਿ ਇਹ ਵੀਡੀਓਜ਼ ਤੁਹਾਡੀਆਂ ਕਿਤੇ ਨਾ ਕਿਤੇ ਲਾਈਫ 'ਚ ਹੈਲਪ ਜ਼ਰੂਰ ਕਰਨੀ ਹੈ, ਕਿਉਂਕਿ ਇਹ ਸਾਨੂੰ ਬੇਸਿਕ ਫਿਟਨੈਸ ਦਾ ਸਮਝਣਾ ਹਰ ਇੱਕ ਬੰਦੇ ਵਾਸਤੇ ਬਹੁਤ ਜ਼ਰੂਰੀ ਆ। ਸੋ ਤੁਸੀਂ ਇਹ ਵੀਡੀਓ ਨੂੰ ਇੰਜੋਏ ਕਰੋ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵੀਡੀਓ 'ਚ ਆਪਾਂ ਸਮਝਿਆ ਸੀਗਾ ਕੈਲਰੀਜ਼ ਕੀ ਹੁੰਦੀਆਂ, ਮੈਂਟੇਨੈਂਸ ਕੈਲਰੀਜ਼ ਕੀ ਹੁੰਦੀਆਂ, ਜਾਂ ਕੈਲਰੀ ਡੈਫੀਸਿਟ ਜਾਂ ਕੈਲਰੀ ਸਰਪਲਸ ਕੀ ਹੁੰਦਾ, ਕਿ ਆਪਾਂ ਜੇ ਫੈਟ ਲੋਸ ਕਰਨਾ ਆਪਾਂ ਨੂੰ ਕਿੰਨੀਆਂ ਕੈਲਰੀਜ਼ ਚਾਹੀਦੀਆਂ, ਆਪਾਂ ਜੇ ਵੇਟ ਗੇਨ ਕਰਨਾ ਜਾਂ ਮਸਲ ਗੇਨ ਕਰਨਾ ਆਪਾਂ ਨੂੰ ਕਿੰਨੀਆਂ ਕੈਲਰੀਜ਼ ਚਾਹੀਦੀਆਂ। ਹੁਣ ਉਹਨਾਂ ਕੈਲਰੀਜ਼ ਦੇ ਹਿਸਾਬ ਨਾਲ ਆਪਾਂ ਨੂੰ ਮੈਕਰੋ ਨਿਊਟ੍ਰੀਐਂਟਸ ਕਿੰਨੇ ਚਾਹੀਦੇ ਆ, ਰਾਈਟ। ਤੇ ਮੈਕਰੋ ਨਿਊਟ੍ਰੀਐਂਟਸ ਆਪਾਂ ਕਿੱਦਾਂ ਮੈਨੇਜ ਕਰੀਦੇ, ਕੀ ਰਿਲੇਸ਼ਨ ਹੁੰਦਾ ਕੈਲਰੀਜ਼ ਦੇ ਨਾਲ, ਉਹ ਅੱਜ ਦੀ ਵੀਡੀਓ 'ਚ ਆਪਾਂ ਸਮਝਾਂਗੇ। ਸੋ ਸਭ ਤੋਂ ਪਹਿਲਾਂ ਆਉਂਦੇ ਆ ਮੈਕਰੋ ਨਿਊਟ੍ਰੀਐਂਟਸ, ਤਿੰਨ ਤਰ੍ਹਾਂ ਦੇ ਹੁੰਦੇ ਆ, ਪ੍ਰੋਟੀਨ, ਕਾਰਬੋਹਾਈਡਰੇਟਸ ਤੇ ਫੈਟਸ। 1 ਗ੍ਰਾਮ ਪ੍ਰੋਟੀਨ ਦੇ ਵਿੱਚ ਆਪਾਂ ਨੂੰ 4 ਕੈਲਰੀਜ਼ ਮਿਲਦੀਆਂ, 1 ਗ੍ਰਾਮ ਕਾਰਬੋਹਾਈਡਰੇਟ ਦੇ ਵਿੱਚ ਆਪਾਂ ਨੂੰ 4 ਕੈਲਰੀਜ਼ ਮਿਲਦੀਆਂ, ਤੇ 1 ਗ੍ਰਾਮ ਫੈਟ ਦੇ ਵਿੱਚ ਆਪਾਂ ਨੂੰ ਮਿਲਦੀਆਂ 9 ਕੈਲਰੀਜ਼। ਆਪਾਂ ਕੈਲਰੀਜ਼ ਕੱਢਣੀਆਂ ਸਿੱਖ ਲਈਆਂ ਸੀਗੀਆਂ ਕਿ ਆਪਾਂ ਜੇ ਗੇਨ ਕਰਨਾ ਆਪਾਂ ਨੂੰ ਕਿੰਨੀਆਂ ਕੈਲਰੀਜ਼ ਚਾਹੀਦੀਆਂ, ਜੇ ਆਪਾਂ ਵੇਟ ਲੂਜ਼ ਕਰਨਾ ਜਾਂ ਫੈਟ ਲੋਸ ਕਰਨਾ ਆਪਾਂ ਨੂੰ ਕਿੰਨੀਆਂ ਕੈਲਰੀਜ਼ ਚਾਹੀਦੀਆਂ, ਠੀਕ ਹੈ। ਉਹਦੇ ਹਿਸਾਬ ਨਾਲ ਆਪਾਂ ਨੂੰ ਪ੍ਰੋਟੀਨ ਕਿੰਨੇ ਚਾਹੀਦੇ ਆ, ਕਾਰਬੋਹਾਈਡਰੇਟ ਕਿੰਨੇ ਚਾਹੀਦੇ ਆ, ਤੇ ਫੈਟਸ ਕਿੰਨੇ ਚਾਹੀਦੇ ਆ, ਉਹ ਅੱਜ ਦੀ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਕਿ ਰਿਸਰਚ ਦੇ ਹਿਸਾਬ ਨਾਲ ਕਿੰਨੇ ਰਿਕਮੈਂਡਡ ਵੈਲਿਊਸ ਕਿੰਨੀਆਂ ਆ ਇਹਨਾਂ ਮੈਕਰੋ ਨਿਊਟ੍ਰੀਐਂਟਸ ਦੀਆਂ। ਸੋ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ 2 ਪਾਰਟਸ ਵਿੱਚ ਡਿਵਾਈਡ ਕੀਤਾ ਹੈ, ਫੈਟ ਲੋਸ ਤੇ ਮਸਲ ਗੇਨ। ਪਹਿਲਾਂ ਆਪਾਂ ਗੱਲ ਕਰਦੇ ਹਾਂ ਫੈਟ ਲੋਸ ਦੀ। ਹੁਣ ਫੈਟ ਲੋਸ ਲਈ ਆਪਾਂ ਨੂੰ ਪ੍ਰੋਟੀਨ ਕਿੰਨਾ ਚਾਹੀਦਾ, 2.2 ਤੋਂ 2.6 ਗ੍ਰਾਮ ਪਰ ਕੇਜੀ। ਸੋ ਉਹਦਾ ਕੀ ਮਤਲਬ ਹੋਇਆ ਕਿ ਜੇ ਕੋਈ 70 ਕਿਲੋ ਦਾ ਬੰਦਾ ਹੈਗਾ ਆ, ਇੱਕ ਐਗਜ਼ਾਮਪਲ ਲੈ ਰਿਹਾ ਮੈਂ, ਤਾਂ ਉਹਨੂੰ ਘੱਟੋ ਘੱਟ 154 ਤੋਂ 182 ਗ੍ਰਾਮ ਪ੍ਰੋਟੀਨ ਚਾਹੀਦਾ ਡੇਲੀ ਦਾ। ਤੇ ਇਹਦੀਆਂ ਆਪਾਂ ਕੈਲਰੀਜ਼ ਇਹਨੂੰ 4 ਦੇ ਨਾਲ ਮਲਟੀਪਲਾਈ ਕਰਕੇ ਪ੍ਰੋਟੀਨ ਤੋਂ ਆਪਾਂ ਨੂੰ ਕਿੰਨੀਆਂ ਕੈਲਰੀਜ਼ ਮਿਲ ਰਹੀਆਂ ਉਹ ਕੱਢ ਲਵਾਂਗੇ, ਬਾਕੀ ਅੱਗੇ ਮੈਂ ਐਗਜ਼ਾਮਪਲਸ ਵਿੱਚ ਐਕਸਪਲੇਨ ਕਰ ਦਊਗਾ। ਫੈਟਸ ਕਿੰਨੇ ਚਾਹੀਦੇ ਆ, 15 ਤੋਂ 25% ਆਫ ਟੋਟਲ ਕੈਲਰੀਜ਼, ਜਿੰਨੀਆਂ ਵੀ ਟੋਟਲ ਕੈਲਰੀਜ਼ ਆ। ਸਪੋਜ਼ ਕਰੋ ਕਿ ਮੈਂ 3000 ਮੇਰੀਆਂ ਟੋਟਲ ਕੈਲਰੀਜ਼ ਆ ਫੈਟ ਲੋਸ ਦੇ ਟਾਈਮ ਤੇ, ਤੇ ਉਹਦੇ ਲਈ ਮੈਨੂੰ ਜੇ ਮੈਂ 20% ਮੈਨੂੰ ਫੈਟ ਚਾਹੀਦਾ ਤਾਂ ਉਹਦੀਆਂ ਹੋ ਗਈਆਂ 600 ਕੈਲਰੀਜ਼। ਸੋ ਜਿਹੜੀਆਂ 600 ਕੈਲਰੀਜ਼ ਆ ਮੇਰੀਆਂ ਉਹ ਫੈਟ ਤੋਂ ਆਉਣਗੀਆਂ, ਬਾਕੀ ਜਿਹੜੀਆਂ ਕੈਲਰੀਜ਼ ਆਪਣੇ ਕੋਲ ਬਚ ਜਾਂਦੀਆਂ ਉਹ ਆਪਾਂ ਲਵਾਂਗੇ ਕਾਰਬੋਹਾਈਡਰੇਟਸ ਤੋਂ, ਕਾਰਬੋਹਾਈਡਰੇਟਸ ਤੋਂ ਆਪਾਂ ਉਹ ਪੂਰੀਆਂ ਕਰਾਂਗੇ, ਠੀਕ ਹੈ। ਸੇਮ ਇਸੇ ਤਰ੍ਹਾਂ ਮਸਲ ਗੇਨ ਦੀ ਗੱਲ ਆ ਜਾਂਦੀ ਹੈ, ਜਦੋਂ ਆਪਾਂ ਗੇਨਿੰਗ ਕਰ ਰਹੇ ਹਾਂ ਆਪਾਂ ਨੂੰ ਪ੍ਰੋਟੀਨ ਫੈਟ ਲੋਸ ਨਾਲੋਂ ਘੱਟ ਚਾਹੀਦਾ ਹੁੰਦਾ, ਕਿਉਂ? ਕਿਉਂਕਿ ਫੈਟ ਲੋਸ ਦੇ ਟਾਈਮ ਤੇ ਆਪਣਾ ਮੇਨ ਫੋਕਸ ਹੁੰਦਾ ਮਸਲ ਨੂੰ ਪ੍ਰਿਜ਼ਰਵ ਕਰਕੇ ਰੱਖਣਾ। ਉਸ ਟਾਈਮ ਤੇ ਆਪਾਂ ਆਲਰੇਡੀ ਡੈਫੀਸਿਟ ਵਿੱਚ ਚੱਲ ਰਹੇ ਹੁੰਦੇ ਹਾਂ, ਤਾਂ ਆਪਣਾ ਐਨਰਜੀ ਐਕਸਪੈਂਡੀਚਰ ਆ ਜਿਹੜਾ ਉਹ ਪ੍ਰੋਟੀਨ 'ਚੋਂ ਵੀ ਹੋ ਰਿਹਾ ਹੁੰਦਾ, ਠੀਕ ਹੈ। ਪ੍ਰੋਟੀਨ ਵਾਲੀਆਂ ਕੈਲਰੀਜ਼ ਵੀ ਆਪਣੀਆਂ ਐਨਰਜੀ ਐਕਸਪੈਂਡੀਚਰ 'ਚ ਯੂਜ਼ ਹੁੰਦੀਆਂ, ਇਸ ਲਈ ਆਪਾਂ ਪ੍ਰੋਟੀਨ ਪਹਿਲੇ ਹੀ ਹਾਈ ਰੱਖ ਕੇ ਚੱਲੀਦਾ ਮਸਲ ਲੋਸ ਨੂੰ ਪ੍ਰੀਵੈਂਟ ਕਰਨ ਲਈ। ਮਸਲ ਗੇਨ ਦੀ ਗੱਲ ਆਉਂਦੀ ਹੈ ਤਾਂ ਆਪਾਂ ਨੂੰ 1.6 ਗ੍ਰਾਮ ਤੋਂ 2.2 ਗ੍ਰਾਮ ਪਰ ਕੇਜੀ ਆਫ ਬਾਡੀ ਵੇਟ ਆਪਾਂ ਨੂੰ ਡੇਲੀ ਦਾ ਪ੍ਰੋਟੀਨ ਚਾਹੀਦਾ ਹੁੰਦਾ, ਜੋ ਕਿ ਬਣਦਾ ਆ 112 ਤੋਂ 154, ਜੇ ਆਪਾਂ 70 ਕਿਲੋ ਦਾ ਹੀ ਐਗਜ਼ਾਮਪਲ ਲੈ ਕੇ ਚੱਲੀਏ, ਠੀਕ ਹੈ। ਸੇਮ ਇਸੇ ਤਰ੍ਹਾਂ ਆਪਣਾ 20 ਤੋਂ 30% ਫੈਟ ਚਾਹੀਦਾ ਹੁੰਦਾ, ਜੋ ਕਿ ਇੱਧਰ ਆਪਾਂ ਨੂੰ ਚਾਹੀਦਾ ਸੀਗਾ 15 ਤੋਂ 25% ਚਾਹੀਦਾ ਸੀਗਾ। ਤੇ ਇਹਦੇ ਵਿੱਚ ਜੇ ਆਪਾਂ 25% ਦੇ ਹਿਸਾਬ ਨਾਲ ਰੱਖ ਕੇ ਚੱਲਦੇ ਹਾਂ ਤਾਂ ਆਪਣੀਆਂ 750 ਕੈਲਰੀਜ਼ ਬਣਦੀਆਂ, ਠੀਕ ਹੈ। 750 ਕੈਲਰੀਜ਼ ਆਪਾਂ ਨੂੰ ਜਾਊਗੀਆਂ ਫੈਟਸ ਤੋਂ। ਹੁਣ ਜਿਹੜੀਆਂ ਬਾਕੀ ਕੈਲਰੀਜ਼ ਆ ਉਹ ਆਪਾਂ ਲਵਾਂਗੇ ਕਾਰਬੋਹਾਈਡਰੇਟਸ।
ਹਾਂਜੀ ਭਾਜੀ, ਅੱਜ ਦੀ ਇਹ ਵੀਡੀਓ ਤੁਹਾਡੀ ਲਾਈਕ, ਤੁਸੀਂ ਦੱਸਤਾ ਕਿ ਪ੍ਰੋਟੀਨ, ਫੈਟਸ ਤੇ ਕਾਰਬਸ ਕੀ ਹੁੰਦੇ ਆ। ਹੁਣ ਤੁਹਾਡੇ ਅੱਗੇ ਮੈਂ ਇੱਕੋ ਰਿਕੁਐਸਟ ਕਰੂੰਗਾ ਕਿ ਤੁਸੀਂ ਪਲੀਜ਼ ਇੱਕ ਸਰਟਨ ਐਗਜ਼ਾਮਪਲ ਦੇ ਦਿਓ ਕਿ ਸਾਰਿਆਂ ਵਾਸਤੇ, ਜਿੱਦਾਂ ਮੈਂ ਪਿਛਲੀ ਵਾਰ ਵੀ ਕੋਸ਼ਿਸ਼ ਕੀਤੀ ਪਰ ਉਹ ਵੀਡੀਓ ਲੰਮੀ ਹੋ ਗਈ, ਤਾਂ ਇਹ ਵੀਡੀਓ ਦੇ ਵਿੱਚ ਤੁਸੀਂ ਇੱਕ ਸਰਟਨ ਐਗਜ਼ਾਮਪਲ ਦੇ ਦਿਓ ਕਿ ਲਾਈਕ ਇੱਕ ਰਫਲੀ ਦੋ ਬੰਦਿਆਂ ਦੀ ਐਗਜ਼ਾਮਪਲ ਦੇ ਦਿਓ ਕਿ ਜੇ ਉਹਨੇ ਵੇਟ ਘਟਾਉਣਾ ਆ ਤਾਂ ਕਿੱਦਾਂ ਕੈਲਰੀਜ਼ ਕਾਊਂਟ ਕਰ ਸਕਦੇ ਆ, ਜੇ ਵੇਟ ਵਧਾਉਣਾ ਆ ਤਾਂ ਉਹ ਕੈਲਰੀਜ਼ ਕਿੱਦਾਂ ਕਾਊਂਟ ਕਰ ਸਕਦੇ। ਐਗਜ਼ਾਮਪਲਸ ਦੀ ਆਪਾਂ ਗੱਲ ਕਰਦੇ ਆ। ਐਗਜ਼ਾਮਪਲ ਮੈਂ ਲਿਆ ਕਿ ਇੱਕ ਕੋਈ 70 ਕਿਲੋ ਦਾ ਬੰਦਾ ਆ, ਉਹਦੀਆਂ 3000 ਸਪੋਜ਼ ਕਰੋ ਮੇਨਟੇਨੈਂਸ ਕੈਲਰੀਜ਼ ਆ। ਹੁਣ ਜੇ ਉਹਨੇ ਗੇਨ ਕਰਨਾ, ਉਹ ਸਲਾਈਟਲੀ ਸਰਪਲਸ ਕਰੂਗਾ, ਜੋ ਕਿ ਹੈਗਾ ਮੈਂ 200 ਕੈਲਰੀਜ਼ ਦਾ ਸਰਪਲਸ ਕਰਤਾ, 3200 ਕੈਲਰੀਜ਼ ਆ ਗਈਆਂ ਉਹਦੀਆਂ, ਠੀਕ ਹੈ, ਹੌਲੀ ਹੌਲੀ ਗੇਨ ਹੋਵੇ, ਆਪਾਂ ਇੱਕੋ ਦਮ ਨਹੀਂ ਗੇਨ ਕਰਨਾ। ਹੁਣ ਪ੍ਰੋਟੀਨ ਆਪਾਂ ਨੂੰ ਕਿੰਨੇ ਚਾਹੀਦਾ, ਪ੍ਰੋਟੀਨ ਆਪਾਂ ਨੂੰ ਕਿੰਨਾ ਚਾਹੀਦਾ, ਜਿੱਦਾਂ ਕਿ ਆਪਾਂ ਜੇ 2.2 ਗ੍ਰਾਮ ਦੇ ਹਿਸਾਬ ਨਾਲ ਆਪਾਂ ਦੇਖਿਆ ਸੀ ਆਪਣੇ ਕੋਲ 154 ਗ੍ਰਾਮ ਪ੍ਰੋਟੀਨ ਆਇਆ, ਠੀਕ ਹੈ। ਹੁਣ ਪ੍ਰੋਟੀਨ ਤੋਂ ਕਿੰਨੀਆਂ ਕੈਲਰੀਜ਼ ਆਣਗੀਆਂ ਆਪਾਂ ਨੂੰ, ਉਹਨੂੰ ਆਪਾਂ 4 ਨਾਲ ਮਲਟੀਪਲਾਈ ਕਰ ਦੇਣਾ, ਕਿਉਂਕਿ 1 ਗ੍ਰਾਮ ਪ੍ਰੋਟੀਨ 'ਚ ਹੁੰਦੀਆਂ 4 ਕੈਲਰੀਜ਼। ਸੋ 154 ਨੂੰ 4 ਨਾਲ ਮਲਟੀਪਲਾਈ ਕੀਤਾ, ਆਪਣੇ ਕੋਲ ਆ ਗਈਆਂ 616 ਕੈਲਰੀਜ਼। ਇੱਦਾਂ ਹੀ ਹੁਣ ਫੈਟਸ ਦੀ ਗੱਲ ਕੀਤੀ ਸੀ, ਫੈਟਸ ਤੋਂ ਕਿੰਨੀਆਂ ਕੈਲਰੀਜ਼ ਚਾਹੀਦੀਆਂ ਤੇ ਕਿੰਨੇ ਗ੍ਰਾਮ ਫੈਟ ਚਾਹੀਦਾ ਆਪਾਂ ਨੂੰ। 20-30% ਫੈਟ ਆਪਾਂ ਨੂੰ ਚਾਹੀਦਾ ਹੁੰਦਾ ਗੇਨ ਕਰਨ ਲਈ। ਆਪਾਂ 25% ਫੈਟ ਲੈ ਕੇ ਚੱਲਦੇ ਹਾਂ ਕਿ ਆਪਾਂ 25% ਫੈਟ ਕੰਜ਼ਿਊਮ ਕਰਨਾ ਹੈ ਟੋਟਲ ਕੈਲਰੀਜ਼ ਦਾ। ਸੋ 25% 3200 ਕੈਲਰੀਜ਼ ਦਾ ਕਿੰਨਾ ਹੋ ਗਿਆ, 800 ਕੈਲਰੀਜ਼ ਹੋ ਗਈਆਂ, 800 ਕਿਲੋ ਕੈਲਰੀਜ਼, ਠੀਕ ਹੈ। ਤੇ 800 ਕੈਲਰੀਜ਼ ਨੂੰ ਜੇ ਮੈਂ ਜਿੱਦਾਂ ਕਿ ਦੱਸਿਆ ਸੀਗਾ ਕਿ 1 ਗ੍ਰਾਮ ਫੈਟ ਦੇ ਵਿੱਚ 9 ਕੈਲਰੀਜ਼ ਹੁੰਦੀਆਂ, ਸੋ ਮੇਰੇ ਕੋਲ ਕੈਲਰੀਜ਼ ਆ ਗਈਆਂ। ਹੁਣ ਮੈਂ ਫੈਟ ਕੱਢਣਾ ਕਿ ਕਿੰਨੇ ਗ੍ਰਾਮ ਫੈਟ ਮੈਨੂੰ ਚਾਹੀਦਾ, ਤਾਂ ਮੈਂ ਕੈਲਰੀਜ਼ ਨੂੰ 9 ਦੇ ਨਾਲ ਡਿਵਾਈਡ ਕਰ ਲਊਂਗਾ, ਮੇਰੇ ਕੋਲ ਆ ਗਿਆ 88.8 ਗ੍ਰਾਮ ਫੈਟ, ਜੋ ਕਿ ਮੈਨੂੰ ਆਪਣੇ ਡਾਈਟ ਵਿੱਚ ਚਾਹੀਦਾ ਹੈ। ਰਹਿ ਗਈ ਗੱਲ ਕਾਰਬਸ ਦੀ, ਕਾਰਬਸ ਤੋਂ ਕਿੰਨੀਆਂ ਕੈਲਰੀਜ਼ ਚਾਹੀਦੀਆਂ। ਹੁਣ ਆਪਣੇ ਕੋਲ ਪ੍ਰੋਟੀਨ ਦੀਆਂ ਕੈਲਰੀਜ਼ ਆ ਗਈਆਂ ਤੇ ਫੈਟ ਦੀਆਂ ਕੈਲਰੀਜ਼ ਆ ਗਈਆਂ, ਠੀਕ ਹੈ, ਫੈਟ ਦੀਆਂ 800 ਕੈਲਰੀਜ਼ ਆ ਗਈਆਂ। ਤੇ ਕਾਰਬਸ ਨੂੰ ਆਪਾਂ ਕੀ ਕਰਾਂਗੇ, ਟੋਟਲ ਵਿੱਚੋਂ ਪ੍ਰੋਟੀਨ ਦੀਆਂ ਕੈਲਰੀਜ਼ ਮਾਈਨਸ ਕਰ ਦਿਓ ਤੇ ਫੈਟ ਵਾਲੀਆਂ ਕੈਲਰੀਜ਼ ਮਾਈਨਸ ਕਰ ਦਿਓ। ਹੁਣ ਕੈਲਰੀਜ਼ ਆਪਾਂ ਨੂੰ ਮਿਲ ਗਈਆਂ, ਤੁਹਾਨੂੰ ਪਤਾ ਕਿੰਨੇ ਗ੍ਰਾਮ ਕਾਰਬਸ ਚਾਹੀਦੇ ਆ, ਉਹਨੂੰ 4 ਦੇ ਨਾਲ ਡਿਵਾਈਡ ਕਰੋ, ਤੁਹਾਡਾ ਆਨਸਰ ਆ ਜਾਏਗਾ 446 ਤੁਹਾਨੂੰ ਗ੍ਰਾਮਸ ਆਫ ਕਾਰਬਸ ਚਾਹੀਦੇ ਆ ਆਪਣਾ ਗੇਨਿੰਗ ਵਾਸਤੇ। ਇਸ ਤਰ੍ਹਾਂ ਤੁਸੀਂ ਆਪਣੇ ਆਪਣਾ ਬਾਡੀ ਵੇਟ ਸੈੱਟ ਕਰਕੇ, ਇੱਥੇ ਬਾਡੀ ਵੇਟ ਕੋਈ ਵੀ ਉਹਨੂੰ ਪਾ ਕੇ ਫਾਰਮੂਲਾਜ਼ ਯੂਜ਼ ਕਰ ਕਰਕੇ ਆਪਣੇ ਹਿਸਾਬ ਨਾਲ ਆਪਣਾ ਸਾਰਾ ਕੁਝ ਤੁਸੀਂ ਕੈਲਰੀਜ਼ ਤੇ ਕਿੰਨੇ ਗ੍ਰਾਮ ਪ੍ਰੋਟੀਨ ਚਾਹੀਦਾ, ਫੈਟ ਚਾਹੀਦਾ ਜਾਂ ਕਾਰਬ ਚਾਹੀਦਾ, ਉਹ ਤੁਸੀਂ ਖੁਦ ਕੱਢ ਸਕਦੇ ਹੋ, ਠੀਕ ਹੈ। ਹੁਣ ਆ ਜਾਂਦੇ ਹਾਂ ਆਪਾਂ ਫੈਟ ਲੋਸ ਤੇ। ਫੈਟ ਲੋਸ ਤੇ ਮੈਂ 3000 ਚੋਂ ਮੈਂ 500 ਕੈਲਰੀਜ਼ ਘਟਾਤੀਆਂ, ਠੀਕ ਹੈ, 500 ਕੈਲਰੀਜ਼ ਦਾ ਡੈਫੀਸਿਟ ਕਰਕੇ ਚੱਲਦੇ ਹਾਂ, 2500 ਕੈਲਰੀਜ਼ ਸਪੋਜ਼ ਕਰੋ। ਤੇ ਇਹ 3000 ਜਿਹੜੀਆਂ ਸੀਗੀਆਂ ਇਹ ਇਸ ਬੰਦੇ ਦੀਆਂ ਮੇਨਟੇਨੈਂਸ ਕੈਲਰੀਜ਼ ਆ, ਜੋ ਕਿ ਇਹ 3000 ਕੋਈ ਫਿਕਸਡ ਨਹੀਂ ਹੈ ਕਿ ਜੇ 70 ਕਿਲੋ ਦਾ ਬੰਦਾ ਤਾਂ ਉਹਦੀਆਂ 3000 ਹੀ ਕੈਲਰੀਜ਼ ਹੋ ਗਈਆਂ, ਹੋ ਸਕਦਾ ਉਹਦੀਆਂ 2000 ਤੋਂ ਲੈ ਕੇ 3500 ਤੱਕ ਕਿਤੇ ਵੀ ਇਹਦੇ ਅਰਾਊਂਡ ਲਾਏ ਕਰ ਸਕਦੀਆਂ, ਹੈ ਨਾ, ਕੈਲਰੀਜ਼ ਉਹਦੀਆਂ ਮੇਨਟੇਨੈਂਸ ਕੈਲਰੀਜ਼ ਉਹਦੀਆਂ ਐਕਟੀਵਿਟੀ ਤੇ ਡਿਪੈਂਡ ਕਰੂਗੀ, ਉਹਦੇ ਮਸਲ ਮਾਸ ਤੇ ਡਿਪੈਂਡ ਕਰੂਗੀ, ਜੋ ਕਿ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਉਸ ਹਿਸਾਬ ਨਾਲ ਆਪਾਂ ਮੇਨਟੇਨੈਂਸ ਕੈਲਰੀਜ਼ ਕੱਢਾਂਗੇ, ਠੀਕ ਹੈ। ਹੁਣ ਉਸ ਤੋਂ ਬਾਅਦ ਸੇਮ ਉਹੀ ਪ੍ਰੋਸੈਸ ਆਪਾਂ ਫਿਰ ਫੋਲੋ ਕਰਾਂਗੇ। ਪ੍ਰੋਟੀਨ ਦੀਆਂ ਕੈਲਰੀਜ਼, ਇਹਦੇ ਵਿੱਚ ਮੈਂ ਪ੍ਰੋਟੀਨ ਲਿਆ ਆ 2.5 ਗ੍ਰਾਮਸ, ਜੋ ਕਿ ਰੇਂਜ ਇੰਨੀ ਸੀਗੀ 2.2 ਤੋਂ 2.6 ਸੀਗੀ, ਮੈਂ 2.5 ਲੈ ਕੇ ਚੱਲ ਰਿਹਾ। ਉਹਦੇ ਵਿੱਚ ਆਪਣੇ ਕੋਲ ਆ ਗਿਆ 175 ਗ੍ਰਾਮ ਪ੍ਰੋਟੀਨ ਡੇਲੀ ਦਾ ਕੰਜ਼ਿਊਮ ਕਰਨਾ। ਹੁਣ ਉਹਦੀਆਂ ਕੈਲਰੀਜ਼ ਕੱਢਣ ਲਈ ਆਪਾਂ 175 ਨੂੰ 4 ਨਾਲ ਮਲਟੀਪਲਾਈ ਕਰਾਂਗੇ, ਫਿਰ ਆ ਗਈਆਂ 700 ਕੈਲਰੀਜ਼ ਆ ਗਈਆਂ, ਠੀਕ ਹੈ, ਇਹ 700 ਕੈਲਰੀਜ਼ ਆ ਗਈਆਂ ਇੱਥੇ। ਫਿਰ ਨੈਕਸਟ ਆਪਾਂ ਆ ਜਾਂਦੇ ਹਾਂ ਫੈਟਸ ਤੇ। ਜਦੋਂ ਆਪਾਂ ਫੈਟ ਲੋਸ ਕਰਨਾ, ਫਿਰ ਆਪਾਂ ਨੂੰ ਫੈਟਸ 15-25 ਗ੍ਰਾਮ ਦੇ ਵਿੱਚ ਚਾਹੀਦੇ ਆ। ਸੋ ਮੈਂ 20% ਉਹ ਲੈ ਲਿਆ, ਹੈ ਨਾ, ਫੈਟਸ 20% 2500 ਦਾ ਕਿੰਨਾ ਹੋ ਗਿਆ, 500 ਕੈਲਰੀਜ਼ ਹੋ ਗਈਆਂ, 500 ਕਿਲੋ ਕੈਲਰੀਜ਼। ਹੁਣ ਸੇਮ ਉਹੀ ਪ੍ਰੋਸੈਸ ਆਪਾਂ ਫੋਲੋ ਕਰਾਂਗੇ। ਜਿੱਦਾਂ ਕਿ ਆਪਾਂ ਨੂੰ ਪਤਾ 1 ਗ੍ਰਾਮ ਫੈਟ ਵਿੱਚ 9 ਕੈਲਰੀਜ਼ ਹੁੰਦੀਆਂ, ਤਾਂ ਆਪਾਂ ਕਿੰਨੇ ਗ੍ਰਾਮ ਆਪਾਂ ਨੂੰ ਫੈਟ ਚਾਹੀਦਾ ਇਹ ਕੱਢਣ ਲਈ, ਆਪਾਂ 500 ਨੂੰ 9 ਦੇ ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਆ ਗਿਆ 56.5 ਗ੍ਰਾਮ ਫੈਟ ਆ ਗਿਆ ਆਪਣੇ ਕੋਲ। ਹੁਣ ਆਪਾਂ ਆ ਜਾਂਦੇ ਹਾਂ ਕਾਰਬਸ ਤੇ। ਕਾਰਬਸ ਦਾ ਆਪਾਂ ਨੂੰ ਪਤਾ ਹੈ ਕਿ ਰਿਮੇਨਿੰਗ ਕੈਲਰੀਜ਼, ਜਿੰਨੀਆਂ ਕੈਲਰੀਜ਼ ਰਹਿ ਗਈਆਂ ਉਹ ਆਪਾਂ ਕਾਰਬਸ ਤੋਂ ਲੈਣੀਆਂ। ਕਾਰਬਸ ਤੋਂ ਆਪਾਂ 2500 ਚੋਂ ਪ੍ਰੋਟੀਨ ਦੀਆਂ ਤੇ ਫੈਟ ਦੀਆਂ ਕੈਲਰੀਜ਼ ਮਾਈਨਸ ਕਰਾਂਗੇ, ਆਪਣੇ ਕੋਲ ਕਾਰਬਸ ਦੀਆਂ ਕੈਲਰੀਜ਼ ਆ ਗਈਆਂ ਕਿ ਆਪਾਂ ਨੂੰ 1300 ਕੈਲਰੀਜ਼ ਆਪਾਂ ਨੂੰ ਕਾਰਬੋਹਾਈਡਰੇਟਸ ਤੋਂ ਚਾਹੀਦੀਆਂ ਆ। ਤੇ
ਕਿੰਨੇ ਗ੍ਰਾਮ ਕਾਰਬੋਹਾਈਡਰੇਟ ਚਾਹੀਦੇ ਆ ਉਹ ਕੱਢਣ ਲਈ ਆਪਾਂ 4 ਦੇ ਨਾਲ ਉਹਨੂੰ ਡਿਵਾਈਡ ਕਰ ਦਵਾਂਗੇ ਜਿੰਨੀਆਂ ਵੀ ਆਪਣੇ ਕੋਲ ਕੈਲਰੀਜ਼ ਆਈਆਂ। ਸੋ 1300 ਨੂੰ 4 ਨਾਲ ਡਿਵਾਈਡ ਕੀਤਾ ਆਪਣੇ ਕੋਲ ਆ ਗਿਆ 325 ਗ੍ਰਾਮ, ਠੀਕ ਹੈ, ਇਹ ਆ ਗਿਆ ਆਪਣੇ ਕੋਲ ਕਾਰਬੋਹਾਈਡਰੇਟ। ਸੋ ਇਹ ਸਿੰਪਲ ਫਾਰਮੂਲਾ ਸੀਗੇ ਜਿਸ ਹਿਸਾਬ ਨਾਲ ਤੁਸੀਂ ਆਪਣਾ ਨਿਊਟ੍ਰੀਸ਼ਨ ਸੈੱਟ ਕਰ ਸਕਦੇ ਹੋ ਤੇ ਇਹਨੂੰ ਤੁਸੀਂ ਰੈਫਰ ਕਰਕੇ ਆਪਣਾ ਬੋਡੀ ਵੇਟ ਸੈੱਟ ਕਰਕੇ ਆਪਣੀਆਂ ਮੇਨਟੇਨੈਂਸ ਕੈਲਰੀਜ਼ ਕੱਢ ਕੇ ਇਸ ਹਿਸਾਬ ਨਾਲ ਤੁਸੀਂ ਸਾਰਾ ਕੁਛ ਪ੍ਰੋਟੀਨ ਫੈਟ ਕਾਰਬੋਹਾਈਡਰੇਟ ਕਿੰਨੇ ਚਾਹੀਦੇ ਆ ਉਹ ਕੱਢ ਸਕਦੇ ਹੋ। ਤੇ ਫੈਟ ਤੇ ਕਾਰਬੋਹਾਈਡਰੇਟ ਚ ਹੁਣ ਫੈਟ ਆਪਾਂ 20-30% ਦੇ ਵਿੱਚ ਉਹ ਵੇਰੀ ਕਰ ਸਕਦੀ ਹੈ ਨਾ, ਤੁਸੀਂ 20% ਵੀ ਖਾ ਸਕਦੇ ਹੋ 30% ਵੀ ਲੈ ਸਕਦੇ ਹੋ ਤੇ ਸੇਮ ਇੱਧਰ ਵੀ ਇੱਦਾਂ ਹੀ ਰਹੇਗਾ। ਪ੍ਰੋਟੀਨ ਦਾ ਵੀ 1.6-2.2 ਤੱਕ ਤਾਂ ਉਹਦੇ ਵਿੱਚ ਕਿਤੇ ਵੀ ਵੈਰੀ ਕਰ ਸਕਦੇ, ਕਦੀ ਘੱਟ ਹੋ ਗਿਆ ਕਦੀ ਵੱਧ ਹੋ ਗਿਆ, ਉਸ ਹਿਸਾਬ ਨਾਲ ਆਪਾਂ ਬਾਕੀ ਚੀਜ਼ਾਂ ਐਡਜਸਟ ਹੋ ਜਾਂਦੀਆਂ, ਠੀਕ ਹੈ। ਸੋ ਇਹ ਸੀਗੀ ਅੱਜ ਦੀ ਵੀਡੀਓ, ਜੇ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਐਂਡ ਲਾਈਕ ਕਰ ਦਿਓ ਜ਼ਰੂਰ। ਅੱਗੇ ਲਈ ਵੀ ਸਾਨੂੰ ਦੱਸੋ ਤੁਹਾਨੂੰ ਕਿੱਦਾਂ ਦੇ ਟੋਪਿਕਸ ਚਾਹੀਦੇ ਆ। ਆਈ ਹੋਪ ਕਿ ਇਹਦੇ ਵਿੱਚ ਮੈਂ ਕਲੀਅਰ ਕਰ ਦਿੱਤਾ ਹੋਊਗਾ ਸਾਰਾ ਕੁਛ, ਤੇ ਸਿੱਖਣ ਦੀ ਕੋਸ਼ਿਸ਼ ਕਰੋ, ਕੁਛ ਨਹੀਂ ਸਮਝ ਆਉਂਦਾ ਉਹ ਤੁਸੀਂ ਪੁੱਛ ਸਕਦੇ ਹੋ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦੋਸਤੋ, ਤੇ ਇਹ ਸੀਗੀ ਅੱਜ ਦੀ ਇਹ ਵੀਡੀਓ, ਤਾਂ ਉਮੀਦ ਕਰਦੇ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ। ਤਾਂ ਪਲੀਜ਼ ਜੇ ਪਸੰਦ ਆਈ ਹੈ ਤੇ ਇਦਾਂ ਦੀਆਂ ਜਿਹੜੀਆਂ ਲਾਈਕ ਥੋੜ੍ਹੀਆਂ ਜਿਹੀਆਂ ਐਜੂਕੇਟ ਕਰਨ ਵਾਲੀਆਂ ਵੀਡੀਓਸ ਨੇ, ਲਾਈਕ ਜਿਹੜੀਆਂ ਤੁਹਾਨੂੰ ਕੁਝ ਸਿੱਖਣ ਨੂੰ ਦਿੰਦੀਆਂ ਨੇ, ਆਪਣੇ ਯਾਰਾਂ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ, ਕਿਉਂਕਿ ਤੁਹਾਨੂੰ ਪਤਾ ਮੈਂ ਹਰ ਵੀਡੀਓ ਸ਼ੇਅਰ ਕਰਨ ਨਹੀਂ ਕਹਿੰਦਾ ਐਜ਼ ਯੂਜ਼ੂਅਲ। ਤਾਂ ਤੁਸੀਂ ਇਹ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਨਾ ਕਿਸੇ ਦਾ ਇਹ ਵੀਡੀਓ ਦੇ ਨਾਲ ਭਲਾ ਹੋ ਸਕੇ, ਕਿਉਂਕਿ ਇਹ ਵੈਰੀ ਬੇਸਿਕ ਕੋਨਸੈਪਟ ਹੈ, ਤੁਹਾਡੇ ਸਾਰਿਆਂ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਉਮੀਦ ਕਰਦੇ ਤੁਸੀਂ ਇਹ ਵੀਡੀਓ ਨੂੰ ਪਸੰਦ ਕੀਤਾ ਹੋਊਗਾ ਜੀ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਸਾਡੇ ਨਾਲ ਜੁੜੇ ਰਹਿਣ ਵਾਸਤੇ। ਤਾਂ ਮਿਲਦੇ ਹਾਂ ਆਪਾਂ ਤੁਹਾਨੂੰ ਇੱਕ ਨੈਕਸਟ ਵੀਡੀਓ ਦੇ ਵਿੱਚ। ਮੀਨ ਟਾਈਮ ਟੇਕ ਕੇਅਰ, ਚੜ੍ਹਦੀ ਕਲਾ ਚ ਰਹੋ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।